ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕਮ। ਉਮੀਦ ਕਰਦਾ ਮੇਰੇ ਭੈਣ ਭਾਈ ਸਾਰੇ ਠੀਕ ਹੋਣਗੇ। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਸਤਿ ਬਾਦ ਰੱਖੇ, ਹਾਰਾਂ ਨਾਲੇ ਦੁੱਖ ਤਕਲੀਫ ਤੋਂ ਨਜਾਤ ਦੇ। ਪਿਆਰੀ ਇਸੇ ਪਿਆਰੀ ਸੀ ਦੁਆ ਨਾਲ ਅੱਜ ਦੀ ਵੀਡੀਓ ਕਰਦੇ ਹਾਂ ਸਟਾਰਟ। ਅਤੇ ਸਭ ਤੋਂ ਪਹਿਲੇ ਵੀਡੀਓ ਸਟਾਰਟ ਕਰਦੀ ਤੁਹਾਨੂੰ ਖੁਸ਼ਖਬਰੀ ਸੁਣਾਉਂਦੇ ਕਿ ਰਾਤ ਸ਼ਾਦੀ ਕਾਫੀ ਲੇਟ ਆਈ ਸੀ ਕਿ ਕੱਲ੍ਹ ਮੈਂ ਦੱਸਿਆ ਸੀਗਾ ਕਿ ਸ਼ਾਦੀ ਨੂੰ ਅਚਾਨਕ ਜਾਣਾ ਪਿਆ ਅਤੇ ਮਾਸ਼ਾਅੱਲਾ ਇਹਦੇ ਇਹਨੂੰ ਮੁਬਾਰਕ ਦਿਉ, ਮੁਬਾਰਕ ਹੋਵੇ ਜੀ। ਇਹਦੇ ਨਾ ਮਤਲਬ ਭਤੀਜੀ ਆਈ ਆ, ਅੱਲਾਹ ਨੇ ਨਾ ਰਹਿਮਤ ਦਿੱਤੀ ਕਿ ਨਿਮਤ ਨਿਮਤ ਹੁੰਦੀ ਰਹਿਮਤ, ਚਲੋ ਰਹਿਮਤ ਰਹਿਮਤ ਦਿੱਤੀ ਅਤੇ ਔਰ ਅਲਹਮਦੁਲਿਲਾ ਅੱਲਾਹ ਕਾਇਰ ਕਰੇ। ਕੰਮ ਜਿਸ ਤਰ੍ਹਾਂ ਕਿ ਕੱਲ੍ਹ ਸਾਡਾ ਸਟਾਰਟ ਹੋ ਚੁੱਕਿਆ ਸੀਗਾ, ਕੱਲ੍ਹ ਅਸੀਂ ਕੰਮ ਅਸੀਂ ਸਟਾਰਟ ਕੀਤਾ, ਬਾਈ ਹੁਣੇ ਆਏ ਹੋਏ ਵਾ ਦੁਬਾਰਾ, ਅੱਲਾਹ ਕਾਇਰ ਕਰੇ ਕੰਮ ਸਟਾਰਟ ਹੋਣ ਲੱਗਾ। ਔਰ ਸਭ ਤੋਂ ਪਹਿਲੇ ਅਸੀਂ ਇਹ ਨਾ ਬੋਰ ਕਿਉਂਕਿ ਮੋਟਰ ਨਾਲਦਿਆਂ ਕੋਲੋਂ ਲੈ ਕੇ ਯੂਜ਼ ਕਰਦੇ ਪਏ ਵਾਂ ਅਤੇ ਇਸ ਕਰਕੇ ਅਸੀਂ ਨਾ ਬਹੁਤ ਨਾ ਪਰੇਸ਼ਾਨ ਹੋ ਰਹੇ ਸੀਗੇ, ਉੱਧਰੋਂ ਪੈਪ ਲੈ ਕੇ ਉਹਨੇ ਦੀ, ਠੀਕ ਹੈ ਨਾ। ਅਤੇ ਅਸੀਂ ਬੋਰ ਵਾਲੇ ਨੂੰ ਫੋਨ ਕੀਤਾ ਵਾ, ਬੋਰ ਵਾਲਾ ਆਉਣ ਵਾਲਾ ਬਾਈ, ਜਿਵੇਂ ਉਹ ਆਉਂਦਾ ਵਾ ਫਿਰ ਉਸ ਤੋਂ ਬਾਅਦ ਬੋਰ ਵੀ ਕਰਵਾਉਣਾ ਵਾ। ਅਤੇ ਬਾਕੀ ਅਲਹਮਦੁਲਿਲਾ ਅੱਲਾਹ ਖੈਰ ਕਰੇ ਕੰਮ ਹੋਣ ਲੱਗਾ ਸਟਾਰਟ। ਅਤੇ ਹਲੇ ਮੈਂ ਨਾਸ਼ਤਾ ਵੀ ਕਰਨਾ ਵਾ, ਨਾਸ਼ਤਾ ਕਰਕੇ ਅਤੇ ਫਿਰ ਸਲਾਮ ਕਰ ਲਓ। ਗਰਮੀ ਹੈਗੀ ਆ, ਗੁਲਾਮ ਅਹਿਮਦ ਸਲਾਮ ਕਰੋ। ਵਾਲੇਕੁਮ ਸਲਾਮ। ਅੱਛਾ ਜੀ, ਬੋਰ ਵਾਲੇ ਆਉਂਦੇ ਵਾ, ਉਹਨਾਂ ਨੂੰ ਕਾਲ ਹੋਈ ਵਾ, ਉਹ ਆਉਂਦੇ ਪਏ ਆਉਂਦੇ ਅਤੇ ਫਿਰ ਇਨਸ਼ਾਅੱਲਾ ਉਹਨਾਂ ਦਾ ਫਿਰ ਨਾ ਬੋਰ ਦਾ ਵੀ ਅੱਜ ਦਾ ਸਿਸਟਮ ਜਿਹੜਾ ਨਾ ਬੋਰ ਦਾ ਸਭ ਤੋਂ ਪਹਿਲੇ ਬੋਰ ਕਰਵਾਉਣਾ, ਕਿਉਂਕਿ ਕੰਮ ਇਹ ਕੰਮ ਜਿਹੜਾ ਵਾ ਬਾਈ ਹੁਣੇ ਉੱਪਰ ਰੇਤ ਤਾਂ ਚੱਕਦੇ ਪਏ ਵਾ, ਠੀਕ ਹੈ ਨਾ, ਉੱਧਰ ਖਲੋਣ ਦੀ ਜਗ੍ਹਾ ਮਤਲਬ ਬਣਾਉਣੀ ਹੈ, ਠੀਕ ਹੈ, ਰੇਤ ਪਰੇ ਨੂੰ ਕਰਨ ਦੇ ਵਾ, ਲੇਕਿਨ ਉਸ ਤੋਂ ਪਹਿਲੇ ਬੋਰ ਲਾਜ਼ਮੀ ਹੈ, ਬੋਰ ਤੋਂ ਪਹਿਲੇ ਕੁਛ ਵੀ ਨਹੀਂ ਹੋ ਸਕਦਾ। ਅੱਲਾਹ ਖੈਰ ਕਰੇ ਉਹ ਆਉਂਦੇ ਵਾ ਅਤੇ ਬੋਰ ਦਾ ਨਾ ਲਾਨੇ ਸਾਹਿਬ ਤਾਬ ਬੋਰ ਲਵਾਉਂਦੇ ਵਾ ਅਤੇ ਫਿਰ ਇਨਸ਼ਾਅੱਲਾ ਅੱਲਾਹ ਖੈਰ ਕਰੇ ਅੱਗੇ ਦਾ ਜੋ ਵੀ ਅੱਜ ਦਾ ਸੀਨ ਹੋਵੇਗਾ ਭੈਣ ਭਾਈ ਨਾਲ ਸ਼ੇਅਰ ਕਰਾਂਗੇ। ਮੇਰੇ ਭੈਣ ਭਾਈ ਸਾਡੀ ਵੀਡੀਓ ਦੇ ਨਾਲ ਜੁੜੇ ਰਹਿਣਾ ਔਰ ਵੀਡੀਓ ਸਕਿਪ ਨਹੀਂ ਕਰਨੀ, ਪੂਰੀ ਵਾਚ ਕਰਨੀ। ਅਲਹਮਦੁਲਿਲਾ ਆ ਚੁੱਕਿਆ, ਅੱਲਾਹ ਖੈਰ ਕਰੇ ਬਾਈ ਹੁਣੇ ਬੋਰ ਲੈ ਕੇ ਆ ਗਏ ਵਾ, ਪਲੇਟ ਸਾਡੀ ਇੱਧਰ ਬਾਹਰ ਰੱਖ ਦਿੱਤੇ ਅਸੀਂ ਇਸ ਟਾਈਮ, ਠੀਕ ਹੈ। ਅਤੇ ਬੋਰ ਜਿਹੜਾ ਵਾ ਮਾਸ਼ਾਅੱਲਾ ਅਲਹਮਦੁਲਿਲਾ 60 ਫੁੱਟ ਦਾ ਬੋਰ ਆ ਅਤੇ 60 ਫੁੱਟ ਦਾ ਬੋਰ ਉੱਤੇ ਇਹਦੇ ਨਾ ਮਤਲਬ ਮੋਟਰ ਵਾਸਤੇ, ਫਿਲਹਾਲ ਮੋਟਰ ਨਹੀਂ ਲਈ ਹੈਗੀ ਖਾਲੀ, ਸਿਰਫ ਬੋਰ ਮੋਟਰ, ਕਿਉਂਕਿ ਇੱਥੋਂ ਨਾ ਬਾਈ ਆ ਇੱਕ ਉਹ ਜਿਹੜਾ ਮੇਰੇ ਕੋਲ ਦਿਹਾੜੀ ਕਰਦਾ ਰਮਸਾਇਆ ਵੀ ਆ ਮੇਰਾ, ਉਹਨਾਂ ਕੋਲ ਇੱਕ ਪਈ ਆ ਫਰੀ ਮੋਟਰ, ਠੀਕ ਹੈ। ਅਤੇ ਉਹ ਕਹਿੰਦਾ ਕਿ ਮੋਟਰ ਤੁਹਾਨੂੰ ਮੈਂ ਚੱਕ ਉੰਨੀ ਦੇਰ, ਜਿੰਨੀ ਦੇਰ ਤੱਕ ਤੁਸੀਂ ਨਹੀਂ ਲਾਉਂਦੇ ਨਾ ਤਾਂ ਬੋਰ ਕਰਵਾ ਲਓ ਅਤੇ ਮੋਟਰ ਤੁਹਾਨੂੰ ਉੰਨੀ ਦੇਰ ਤੱਕ ਮੈਂ ਦੇ ਦਾਂਗਾ, ਠੀਕ ਹੈ ਨਾ। ਅਤੇ ਬਾਅਦ ਵਿੱਚ ਇਨਸ਼ਾਅੱਲਾ ਮੈਂ ਕਿਹਾ ਚਲੋ ਠੀਕ ਹੋਊਗਾ। ਅਤੇ ਬਾਕੀ ਅੱਲਾਹ ਖੈਰ ਕਰੇ ਬੋਰ ਦਾ ਸਮਾਨ ਆਇਆ ਤਾਂ ਹੁਣ ਨਾ ਪਹਿਲੇ ਸਭ ਤੋਂ ਪਹਿਲੇ ਬੋਰ ਕਰਵਾਉਣਾ ਅਤੇ ਸਲਾਹ ਕਰਦੇ ਹਾਂ ਸ਼ਾਹ ਜੀ ਇਹਦੇ ਨਾਲ। ਹਾਂਜੀ ਵੀ ਕਿੱਧਰ ਕਰਾਉਣਾ ਜੀ ਬੋਰ, ਖੁਸ਼ ਖੁਸ਼ ਅੱਜ ਖੁਸ਼ੀਆਂ ਦੋ ਦੋ ਹੈ, ਬੋਰ ਵੀ ਹੋ ਰਿਹਾ ਮੋਟਰ ਦਾ ਅਤੇ ਕੀ ਉਹਦਾ ਨਾਮ ਭਾਈ ਪਾਪੜਾਂ ਵਾਲਾ, ਜਦ ਪਾਪੜ ਖਾਣੇ ਤੁਸੀਂ ਤਾਂ ਦੱਸੋ, ਨਹੀਂ ਨਹੀਂ ਖਾਣੇ ਤਾਂ ਫਿਰ ਇਹ ਦੱਸੋ ਕਿ ਬੋਰ ਉਸ ਪਲਾਟ ਉਸ ਪਲਾਟ 'ਚ ਕਰਾਉਣਾ। ਚੱਲ ਠੀਕ ਹੋ ਗਿਆ, ਉੱਧਰ ਕਰਵਾ ਹੈ ਸਾਰਾ ਸਮਾਨ। ਮਾਸ਼ਾਅੱਲਾ ਜੀ ਅਲਹਮਦੁਲਿਲਾ ਬੋਰ ਦਾ ਨਿਸ਼ਾਨ ਦੇ ਚੁੱਕੇ ਵਾਂ, ਅੱਲਾਹ ਖੈਰ ਕਰੇ ਬੋਰ ਦਾ ਨਿਸ਼ਾਨ ਲਵਾਇਆ ਵਾ ਇੱਥੇ, ਕਿਉਂਕਿ ਇਸ ਜਗ੍ਹਾ 'ਤੇ ਤਾਂ ਲਵਾਰੇ ਦੀਵਾਰ ਤੋਂ ਵੀ ਥੋੜ੍ਹਾ ਜਿਹਾ ਪਿੱਛੇ ਹਟ ਕੇ ਔਰ ਇੱਥੇ ਅੱਲਾਹ ਖੈਰ ਕਰੇ ਜਿਸ ਤਰ੍ਹਾਂ ਕਿ ਮੋਟਰ ਲੱਗਣੀ ਹੈ ਨਾ ਅਤੇ ਦੀਵਾਰ ਤੋਂ ਥੋੜ੍ਹਾ ਹਟ ਕੇ ਵੀ ਲੱਗੇਗੀ ਔਰ ਇਸ ਪਲਾਟ ਦੇ ਬਸ ਉਸ ਹਿਸਾਬ ਨਾਲ ਨਾ ਬਾਈ ਉਹਨਾਂ ਨੇ ਨਿਸ਼ਾਨ ਲਾ ਕੇ ਉਹ ਪਰੇ ਦੀਵਾਰ ਨੂੰ ਨਿਸ਼ਾਨ ਲੱਗਾ, ਨਿਸ਼ਾਨ ਲਾ ਕੇ ਸਾਰਾ ਐਕਸੀਮੈਂਟ ਲਾ ਕੇ ਅਤੇ ਉਹਨਾਂ ਨੇ ਆਖਿਆ ਇੱਥੇ ਕਰਕੇ ਨਾ ਠੀਕ ਰਹੇਗਾ, ਬੈਸਟ ਰਹੇਗਾ ਬੋਰ। ਮੈਂ ਕਿਹਾ ਠੀਕ ਹੋ ਗਿਆ, ਹੁਣ ਅੱਲਾਹ ਖੈਰ ਕਰੇ ਇੱਥੇ ਨਾ ਬੋਰ ਲੱਗਣਾ ਕਰਨਾ ਸ਼ੁਰੂ ਹੋ ਗਿਆ ਵਾ ਔਰ ਅਲਹਮਦੁਲਿਲਾ ਅਲਹਮਦੁਲਿਲਾ ਬੋਰ ਦੀ ਸਮੱਸਿਆ ਸਾਡੀ ਜਿਹੜੀ ਹੈਗੀ ਵਾ ਕਿਹਦਾ ਨਾਮ ਸ਼ੁਰੂਆਤ ਹੋ ਚੁੱਕੀ ਆ ਅਤੇ ਬਾਕੀ ਉੱਧਰਲੀ ਹੁਣ ਕੰਮ ਦੀ ਰਹਿ ਗਈ ਆ। ਅਤੇ ਸਭ ਤੋਂ ਪਹਿਲਾਂ ਤਾਂ ਨਾਸ਼ਤਾ ਕਰ ਲੈਂਦਾ ਵਾ ਫਿਰ ਇਨਸ਼ਾਅੱਲਾ ਉਹ ਬਾਈ ਹੁਣ ਕਰਨ ਦੇ ਆਪਣਾ
ਤੇ ਉਧਰੋਂ ਫਿਰ ਨਾ ਉਹ ਨਹੀਂ ਦੇਣ ਦੇ ਲੈਂਦੇ ਤੇ ਫਿਰ ਨਾਸ਼ਤਾ ਕਰਦੇ ਹਾਂ। ਨਾਸ਼ਤਾ ਤਿਆਰ ਹੋਇਆ ਨਹੀਂ, ਬੋਰ ਹੋਣਾ ਵੀ ਸ਼ੁਰੂ ਹੋ ਗਿਆ, ਠੀਕ ਹੋ ਗਿਆ। ਚਲੋ ਜੀ, ਅੱਛਾ ਅੱਲਾਹ ਖੈਰ ਕਰੇ ਜੀ। ਅਲਹਮਦੁਲਿਲਾ ਪੈਪ ਲੱਗ ਗਿਆ, ਬੋਰ ਕਰਨਾ ਸ਼ੁਰੂ ਹੋ ਚੁੱਕਿਆ, ਅੱਲਾਹ ਖੈਰ ਕਰੇ। ਔਰ ਚਾਏ ਵੀ ਸਾਡੀ ਬਣ ਚੁੱਕੀ ਵਾ, ਚਾਏ ਲੈ ਕੇ ਖੜਾ, ਚਾਏ ਲੈ ਕੇ ਚਲੋ ਪਹੁੰਚੋ। ਅਤੇ ਚਾਏ ਤਿਆਰ ਹੋ ਗਈ, ਮੇਰੀ ਚਾਏ, ਮੇਰੀ ਚਾਏ। ਅੱਛਾ ਉਹ ਠੀਕ ਹੋ ਗਿਆ, ਉਹ ਮੈਨੂੰ ਫੜਾਈ, ਮੈਂ ਕਿਹਾ ਪਤਨੀ ਆਪਣੀ ਜਾਂ ਫੜਾਈ, ਮੈਂ ਦੁਬਾਰ ਤੇ ਰੱਖਦਾ। ਅੱਛਾ ਹਾਂਜੀ, ਮੇਰੀ ਚਾਏ ਕਹਾਂ ਹੈ? ਅੱਛਾ ਦੇਤੀ ਆ। ਅੱਛਾ ਮੈਂ ਉਹ ਦੁਬਾਰ ਤੇ ਫਿਰ ਰੱਖ ਦਿੱਤੀ ਆ, ਮੈਂ ਕਿਹਾ ਮੇਰੇ ਪੁੱਤ ਦੀ ਚਾਹ ਵਾ, ਮੈਂ ਕਿਹਾ ਸ਼ਾਇਦ ਠੰਡੀ ਹੋਣ ਲਈ ਰੱਖੀ ਆ। ਅੱਛਾ ਚਲੋ ਠੀਕ ਹੋ ਗਿਆ, ਅੱਲਾ ਖੈਰ ਕਰੇ। ਅਤੇ ਮਾਸ਼ਾਅੱਲਾ ਅਲਹਮਦੁਲਿਲਾ ਬੋਰ ਹੋਣਾ ਸ਼ੁਰੂ ਹੋ ਚੁੱਕਿਆ ਵਾ। ਅਤੇ ਔਰ ਬੋਰ ਕਿੰਨਾ ਦੀ ਤਰਫੋਂ ਉਹ ਵੀ ਦੱਸ ਦੇਵਾਂ ਕਿ ਬੋਰ ਹੈਗਾ ਵਾ, ਮਤਲਬ ਸਾਡੀ ਮਤਲਬ ਅਕਸਰ ਵੀਡੀਓ ਦੇ ਵਿੱਚ ਮੈਂ ਨਾਮ ਲੈਂਦਾ ਵਾਂ, ਭੈਣ UK ਦੇ ਵਿੱਚੋਂ ਉਮੈਰ ਦੀ ਭੈਣ, ਮੇਰੀ ਭੈਣ, ਉਹਨਾਂ ਦੀ ਤਰਫੋਂ ਬੋਰ ਹੋ ਰਿਹਾ। ਅੱਲਾ ਖੈਰ ਕਰੇ, ਅੱਲਾ ਤਾਲਾ ਨੂੰ ਤੰਦਰੁਸਤੀ ਦੇਵੇ। ਪਹਿਲਾ ਬੋਰ ਵੀ ਉਹਨਾਂ ਦੀ ਤਰਫੋਂ, ਇੱਧਰੋਂ ਇਹ ਵੀ ਬੋਰ ਉਹਨਾਂ ਦੀ ਤਰਫੋਂ ਹੋਇਆ, ਇਹ ਵੀ ਬੋਰ ਉਹਨਾਂ ਦੀ ਤਰਫੋਂ, ਕਿਉਂਕਿ ਇੱਧਰ ਲੱਗਣੀ ਆ ਮੋਟਰ, ਠੀਕ ਹੈ ਨਾ। ਇਹ ਵੀ ਉਹਨਾਂ ਦੀ ਤਰਫੋਂ ਹੀ ਬੋਰ ਹੋ ਰਿਹਾ। ਅਲਹਮਦੁਲਿਲਾ ਨਾਸ਼ਤਾ ਵਗੈਰਾ ਕਰ ਲਿਆ, ਪਰ ਇਹ ਵੀ ਪਲਾ ਛੱਡੀ ਆ, ਹੁਣ ਮੇਰਾ ਦਵਾਈ ਦਾ ਟਾਈਮ ਆ, ਅਤੇ ਨਾਲ ਬੋਰ ਵੀ ਅਲਹਮਦੁਲਿਲਾ ਹੋ ਚੁੱਕਿਆ, ਬਸ ਥੋੜ੍ਹਾ ਜਿਹਾ ਰਹਿ ਗਿਆ ਵਾ। ਸਾਰੇ ਪੈਪ ਟੱਪ ਗਏ, ਇੱਧਰ ਪੈਪ ਬੋਰ ਦਿਖਾ ਬਈ, ਬੋਰ ਮਾਸ਼ਾਅੱਲਾ ਸਾਰਾ ਹੋ ਗਿਆ ਵਾ, ਥੋੜ੍ਹਾ ਜਿਹਾ ਰਹਿ ਗਿਆ ਬੋਰ। ਅੱਲਾ ਖੈਰ ਕਰੇ, ਇਹ ਵੀ ਅੱਧੇ ਘੰਟੇ ਦਾ ਕੰਮ। ਅੱਛਾ ਜੀ, ਮਾਸ਼ਾਅੱਲਾ ਅਲਹਮਦੁਲਿਲਾ, ਅੱਲਾ ਖੈਰ ਕਰੇ, ਹੋਰ ਸਾਡਾ ਹੋ ਚੁੱਕਿਆ ਕੰਪਲੀਟ। ਔਰ ਨਾਲਾਂ ਕੱਢਣੀਆਂ ਨਾ ਬਾਹਰ ਸ਼ੁਰੂ ਕਰ ਦਿੱਤੀਆਂ ਵਾ। ਮੇਰੇ ਕੋਲ ਆ ਗਏ ਸੀ ਮਹਿਮਾਨ, ਮੈਂ ਮਹਿਮਾਨਾਂ ਕੋਲ ਤਾਂ ਬੈਠਾ ਸੀ ਉਨੀ ਦੇਰ, ਅਤੇ ਉਹ ਫਿਰ ਉਨੀ ਦੇਰ ਨੂੰ ਅੱਲਾ ਖੈਰ ਕਰੇ ਇਹਨਾਂ ਬਾਈ ਉਹਨਾਂ ਨੇ ਬੋਰ ਨਾ ਅਲਹਮਦੁਲਿਲਾ ਕੰਪਲੀਟ ਕਰ ਦਿੱਤਾ, ਅਤੇ ਹੁਣ ਚੱਲੇ ਵਾ। ਤੁਸੀਂ ਬਰਫ਼ ਲੈਣ ਚੱਲੇ? ਚਲੋ ਇਹਨਾਂ ਨੂੰ ਭੇਜਦਾ ਵਾਂ, ਇਹ ਜਾ ਕੇ ਨਾ ਕੂਲਰ 'ਚ ਮੈਂ ਬਰਫ਼ ਪਾਣੀ ਵਾ, ਅਤੇ ਬਰਫ਼ ਵਾਸਤੇ ਨਾ ਇਹਨਾਂ ਦਿਨਾਂ ਪੈਸੇ ਹਲੇ ਮੇਰਾ ਬੋਰ ਮਿੰਟ ਲਾ ਕੇ ਨਾ ਬਰਫ਼ ਲੈ ਕੇ ਤਾਂ ਪਹੁੰਚੋ, ਠੀਕ ਹੈ। ਜੀ ਅਲਹਮਦੁਲਿਲਾ ਨਾਲਾਂ ਸਾਰੀਆਂ ਨਿਕਲ ਚੁੱਕੀਆਂ ਵਾ, ਔਰ ਅੱਲਾ ਖੈਰ ਕਰੇ ਬਾਈ ਉਹਨੇ ਨਾ ਮੋਟਰ ਨਾ ਉੱਤੋਂ ਮਸਲਨ ਬਾਈ ਕੋਲੋਂ ਨਾ ਮਸਲਨ ਇੱਧਰੋਂ ਨਾ ਨਾਲ ਮਸਾਏ ਵਾ ਜਿਹੜਾ ਬਾਈ ਸਾਡੇ ਘਰ ਨਾ ਮਸਲਨ ਕਰਦਾ ਪਿਆ ਨਾ ਕੰਮ, ਉਹਨਾਂ ਦੇ ਘਰ ਮੋਟਰ ਲੱਗੀ ਫਿਲਹਾਲ ਨਾ, ਮੋਟਰ ਦੀ ਤਾਂ ਗੁਜਾਇਸ਼ ਨਹੀਂ ਆ, ਬੋਰ ਕਰਵਾਇਆ ਵਾ, ਠੀਕ ਆ ਖਾਲੀ, ਅਤੇ ਮੋਟਰ ਇਨਸ਼ਾਅੱਲਾ ਅੱਲਾ ਖੈਰ ਕਰੇ ਅੱਲਾ ਤਾਲਾ ਨੇ ਹਿੰਮਤ ਦਿੱਤੀ ਫਿਰ ਇਨਸ਼ਾਅੱਲਾ ਲਿਆ ਕੇ ਦੇ ਉੱਤੇ, ਹੁਣ ਬੋਰ ਹੋ ਗਿਆ ਨਾ, ਹੁਣ ਫਿਲਹਾਲ 4 ਦਿਨ ਨਾ ਬਾਈ ਉਹਨਾਂ ਦੀ ਮੋਟਰ ਚੱਲੇਗੀ। ਕਿਉਂ ਵੀ ਬਾਈ ਜਾਣ 4 ਦਿਨ ਚੱਲਣ ਦਊਂਗੇ ਜਾਂ ਲਾ ਲੈਣੀ? ਅੱਲਾ ਖੈਰ ਕਰੇ ਕਿੱਦਾਂ ਯਾਰ, ਮੈਂ ਕਹਿੰਦਾ ਉਹੀ ਇੱਟ ਲਵਾ ਦੇ ਆ ਜਿਹੜੀ ਚੁੱਕੇ ਥੱਲੇ, ਹੈਂ ਟੋਟੇ ਲੱਗਣ ਦੀ ਹੈ, ਚੱਲ ਲਾ ਦੇ ਲਾ ਦੇ ਲਾ ਦੇ ਲਾ ਦੇ ਲਾ ਦੇ। ਮਾਸ਼ਾਅੱਲਾ ਜੀ ਅਲਹਮਦੁਲਿਲਾ, ਬੋਰ ਸਾਡਾ ਹੋ ਚੁੱਕਿਆ ਕੰਪਲੀਟ, ਔਰ ਸਾਰਾ ਮਸਲਾ ਨਾ ਬੋਰ ਨਿਕਲ ਗਿਆ ਵਾ, ਔਰ ਬਾਈ ਉਹਨਾਂ ਨੇ ਨਾ ਐ ਨਾ ਫਿੱਟ ਕਰ ਦਿੱਤਾ ਵਾ ਪੈਪ ਲਿਆ ਕੇ। ਅਤੇ ਜਿਸ ਤਰ੍ਹਾਂ ਕਿ ਹਮਸਾਇਆਂ ਦੇ ਨਾ ਮਸਲਾ ਬਾਈ ਹੈਗਾ ਜਿਹੜਾ ਸਾਡੇ ਕੋਲ ਕੰਮ ਕਰਦਾ, ਉਹਨੇ ਲਿਆ ਕੇ ਦਿੱਤੀ ਮੋਟਰ ਘਰੋਂ ਫਿਲਹਾਲ, ਠੀਕ ਹੈ ਨਾ, ਕਿਉਂਕਿ ਮੋਟਰ ਦੀ ਗੁਜਾਇਸ਼ ਕੋਈ ਨਹੀਂ ਸੀਗੀ, ਅਤੇ ਫਿਲਹਾਲ ਸਿਰਫ ਅਸੀਂ ਇਹਨਾਂ ਬੋਰ ਕਰਵਾਇਆ ਵਾ ਅਤੇ ਮੋਟਰ ਇਨਸ਼ਾਅੱਲਾ ਇਹਦਾ ਮਤਲਬ ਉੱਤੇ ਲਿਆ ਕੇ ਮੋਟਰ ਹੀ ਖਾਲੀ ਕੱਸਣੀ ਆ, ਠੀਕ ਹੈ ਨਾ। ਉਹ ਬਾਈ ਆਪਣੇ ਘਰੋਂ ਲਿਆ ਕੇ ਉਹਨੇ ਮੋਟਰ ਮੈਨੂੰ ਦਿੱਤੀ, ਲੇਕਿਨ ਉਹ ਮੋਟਰ ਨੂੰ ਪੈ ਗਿਆ ਫਿਰ ਕੰਮ, ਉਹਨੇ ਮਸਲਨ ਉੱਥੋਂ ਖੋਲ੍ਹੀ ਹੈ ਨਾ, ਅਤੇ ਉਹਦੇ ਕੋਲੋਂ ਮਸਲਨ ਸਹੀ ਤਰੀਕੇ ਨਾਲ ਖੁੱਲ੍ਹੀ ਨਹੀਂ, ਅਤੇ ਟੁੱਟ ਗਏ ਵਾ ਜੋੜ ਟੁੱਟ ਗਏ ਵਾ, ਅਤੇ ਉਹ ਹੁਣ ਦੁਬਾਰਾ ਵਾ ਨਾ ਸਮਝੋ ਕਿ 100-150 ਖਰਚਾ ਜਿਹੜਾ ਲੈਦਾ ਪੈਣ ਲੱਗਾ ਵਾ। ਇਹ ਦੇਖੋ ਮੋਟਰ ਆਈ ਪਈ ਵਾ, ਇਹ ਵਾ ਮੋਟਰ, ਅਤੇ ਇਹਨੂੰ ਮੈਂ ਬਾਈ ਨੂੰ ਕਹਿ ਰਿਹਾ, ਮੈਂ ਕਿਹਾ ਯਾਰ ਜਾ ਕੇ ਨਾ ਭੱਜ ਕੇ ਨਾ ਜੋੜ ਲਵਾ ਲਿਆ ਇਹਦੇ,
ਉਹ ਥੱਲੇ ਸੁੱਟ ਦਿੱਤੀ ਵੀਰੇ, ਜੋੜ ਲਵਾ ਲਿਆ, ਅੱਲਾ ਖੈਰ ਕਰੇ। ਅਤੇ ਬਾਈ ਹੁਣੇ ਬੋਰ ਸ਼ੋਰ ਕਰਵਾ ਕੇ ਬਿਸਕੁਟ ਖਾਣ ਦੇ ਆਪਣਾ ਸਕੂਨ ਨਾਲ। ਅਤੇ ਬਾਕੀ ਮਾਸ਼ਾਅੱਲਾ ਅਲਹਮਦੁਲਿਲਾ ਇਨਸ਼ਾਅੱਲਾ ਥੋੜ੍ਹੀ ਦੇਰ ਸਿਰਫ ਇੰਤਜ਼ਾਰ ਸਿਰਫ ਇਹਦਾ। ਮੈਂ ਕਹਿੰਦਾ ਕਿ ਭੱਜ ਕੇ ਨਾ ਜੋੜ ਲਵਾ ਲਿਆਵੇ, ਜੋੜ ਕਿਉਂਕਿ ਇਹਦੀ ਜਮ੍ਹਾਂ ਨਫੀ ਹੁੰਦੀ ਹੈ, ਜਮ੍ਹਾਂ ਨਫੀ 'ਤੇ ਜੋੜ ਲਵਾ ਲਿਆਵੇ, ਜੋੜ ਲਵਾ ਕੇ ਅਤੇ ਫਿਰ ਇਨਸ਼ਾਅੱਲਾ ਅੱਲਾ ਖੈਰ ਕਰੇ ਉਦੋਂ ਹੀ ਉਹਨਾਂ ਮੋਟਰ ਚਾਲੂ ਕਰ ਦੇ, ਚਾਲੂ ਕਰਕੇ ਉਹ 'ਚੋਂ ਫਿਰ ਪੈਪ ਕੱਢ ਕੇ। ਹਾਂ ਦੇਖ ਲਾ ਜਿਸ ਤਰ੍ਹਾਂ ਭਾਈ ਕਹਿ ਰਿਹਾ ਯਾਰ, ਜਾ ਕੇ ਨਾ ਭੱਜ ਕੇ ਨਾ ਸ਼ਫਾਕ ਲਵਾ ਲਿਆ ਯਾਰ, ਹੈਂ ਦੌੜ ਕੇ ਜਾ ਮੇਰਾ ਵੀਰ। ਅਤੇ ਅੱਛਾ ਅੱਲਾ ਖੈਰ ਕਰੇ ਜਾਂਦਾ ਬਾਈ ਲਵਾ ਕੇ ਅਤੇ ਲੈ ਕੇ ਆਉਂਦਾ, ਅਤੇ ਫਿਰ ਇਨਸ਼ਾਅੱਲਾ ਪਾਣੀ ਚੁਕਵਾ ਕੇ ਅਤੇ ਫਿਰ ਚੈੱਕ ਕਰਦੇ ਅਤੇ ਨਾਲੇ ਫਿਰ ਚੈੱਕ ਕਰਵਾਉਂਦੇ ਵਾ। ਫਿਲਹਾਲ ਤਾਂ ਇਹਨੂੰ ਲੱਗੇ ਹੋਏ ਵਾ ਗਰਮੀ ਤੋਂ ਵਿਚਾਰਾ ਡਰਦਾ ਨਾ, ਇਹ ਵੀ ਕੋਈ ਨਹੀਂ ਜਾਣ ਦਿਆ ਕਿ ਗਰਮੀ ਬਹੁਤ ਜ਼ਿਆਦਾ। ਅਤੇ ਔਰ ਵਾਕਿਆ ਹੀ ਅੱਜ ਛਾਵੇਂ ਵੀ ਬੈਠਿਆਂ ਨੂੰ ਪਸੀਨਾ ਆਈ ਜਾਣ ਦਿਆ, ਬਹੁਤ ਜ਼ਿਆਦਾ ਪਸੀਨਾ ਆਈ ਜਾਂਦਾ। ਚਲਾਉਣੀ ਹੈਗੀ ਵਾ ਇਸ ਪਲੇਟ ਦੇ ਉੱਤੇ ਅਸੀਂ, ਠੀਕ ਹੈ ਨਾ, ਲੇਕਿਨ ਤਾਰਾਂ ਹੀ ਤੋੜ ਬੈਠੇ ਵਾ ਇਹਦੀਆਂ, ਤਾਰਾਂ ਹੀ ਉਹ ਵਿਚਾਰੇ ਨੇ ਨਾ ਆਪਣੀ ਜਾਣੀ ਖੋਲ੍ਹੀ ਵਾ ਅਤੇ ਲੇਕਿਨ ਮੁੱਢ 'ਚੋਂ ਨਾ ਤਾਰਾਂ ਟੁੱਟ ਗਈਆਂ, ਤਾਰਾਂ ਪਤਾ ਜੋੜ ਕਿਹੜੇ ਟਾਈਮ ਦਾ ਲੱਗਿਆ ਸੀ ਕਿਹੜੇ ਟਾਈਮ ਦਾ ਨਹੀਂ। ਪਲੇਟ ਦੀ ਇਹ ਸਹੂਲਤ ਹੋਏਗੀ, ਪਲੇਟ ਦੇ ਉੱਤੇ ਸਕੂਨ ਨਾਲੇ ਮੋਟਰ ਚੱਲੇਗੀ। ਅਤੇ ਪਲੇਟ ਲਿਆ ਕੇ ਰੱਖੀ ਵਾ ਅਤੇ ਉੱਧਰੋਂ ਮੋਟਰ ਖੋਲ੍ਹ ਕੇ ਆਈ ਤਾਂ ਤਾਰਾਂ ਟੁੱਟੀਆਂ ਪਈਆਂ। ਬਾਕੀ ਇਨਸ਼ਾਅੱਲਾ ਤਾਰਾਂ ਲੱਗਦੀਆਂ ਵਾ ਅਤੇ ਫਿਰ ਇਨਸ਼ਾਅੱਲਾ ਇਹਨੂੰ ਚਲਾ ਕੇ ਅਤੇ ਫਿਰ ਚੈੱਕ ਕਰਦੇ ਵਾਂ ਅਤੇ ਔਰ ਪਾਣੀ ਦੇਖਦੇ ਕਿ ਕਿੰਨਾ ਕੀ ਇਹਦਾ ਪ੍ਰੈਸ਼ਰ ਆ ਨਾ। ਲਵਾ ਕੇ ਲੱਗ ਗਈਆਂ ਸਾਰੇ ਜੋੜ, ਜਮ੍ਹਾਂ ਨਫੀ ਦੇਖ ਲਈ, ਚੱਲ ਠੀਕ ਹੋ ਗਿਆ। ਹੁਣ ਨਾ ਮੋਟਰ ਚਲਾ ਕੇ ਚੈੱਕ ਕਰਦੇ ਹਾਂ। ਮਾਸ਼ਾਅੱਲਾ ਜੀ ਅਲਹਮਦੁਲਿਲਾ ਮੋਟਰ ਉੱਤੇ ਫਿਰ ਟੋਰੀ ਅੱਲਾ ਖੈਰ ਕਰੇ। ਲੇਕਿਨ ਫਿਲਹਾਲ ਤਾਂ ਮਸਲਨ ਇਹ ਜਿਹੜਾ ਬਾਈ ਹੈ ਨਾ ਇਹਦੀ ਮੋਟਰ ਇਹਦੇ ਘਰੋਂ ਲਿਆਂਦੀ ਮੋਟਰ ਇਹ ਅਸੀਂ ਉੱਤੇ ਫਿੱਟ ਕਰਦੇ ਪਏ ਹਾਂ, ਠੀਕ ਹੈ। ਅਤੇ ਥੋੜ੍ਹੀ ਜਿਹੀ ਜਾਮ ਜੀ ਆ, ਪਹਿਲੇ ਨਾ ਸਪਲਾਈ ਲਿਆਂਦੀ ਹੋਈ, ਸਪਲਾਈ ਦੇ ਉੱਤੇ ਇਹਨੂੰ ਰੈਲੀ ਕਰਕੇ ਫਿਰ ਇਹਨੂੰ ਨਾ ਪਲੇਟ ਦੇ ਉੱਤੇ ਚਲਾਉਂਦੇ ਹਾਂ। ਤਾਰਾਂ ਲਾ ਕੇ ਨਾ ਉੱਧਰੋਂ ਤਾਰਾਂ ਲਾ ਕੇ ਲੈ ਕੇ ਆਇਆ ਸਪਲਾਈ ਦੇ ਉੱਤੇ ਜਾਮ ਜੀ, ਕਿਉਂਕਿ ਵਿਚਾਰੀ ਬਣਦੀ ਪਈ ਪਤਾ ਨਹੀਂ ਕਿਹੜੇ ਟਾਈਮਾਂ ਦੀ। ਤੇਲ ਤੂਲ ਦੇ ਕੇ ਅਤੇ ਫਿਰ ਲਾ ਲੈਣ ਇਸ ਤਰ੍ਹਾਂ ਹੀ ਨਾ ਇਹਦਾ ਚਲਾ ਕੇ ਚੈੱਕ ਕਰਨ ਲੱਗੇ ਵਾ। ਪੈਪ ਅੱਗੇ ਲਾਉਣਾ ਵਾ ਜਾਂ ਬਸ ਹੈ ਲਾਉਣਾ ਪੈਣਾ ਪੈਪ? ਇੱਥੋਂ ਟੋਟਾ ਕੱਢਦੇ ਯਾਰ, ਇਹ ਨਹੀਂ ਆਹ ਟੋਟਾ ਕੱਢਦੇ ਨਾ ਵੱਡਾ, ਚੱਲ ਦੇਖ ਲਾ ਇੱਧਰੋਂ ਕਰ ਲਾ ਇਹਦੇ ਨਾਲ। ਮੈਂ ਕਿਹਾ ਇੱਥੇ ਜਾਣਾ ਵਾ ਇਹਦੇ ਨਾਲ, ਇਹ ਵਾ ਇੱਥੇ ਟੋਟਾ ਆਹ ਲਾਏਗਾ ਨਾ, ਇਹ ਵੱਡਾ ਟੋਟਾ ਇੱਥੋਂ ਲਾ ਲਾ ਆਹ ਨਿਪਲ ਜੀ ਤੂੰ ਕੋਲੋਂ ਜੀ। ਮਾਸ਼ਾਅੱਲਾ ਅਲਹਮਦੁਲਿਲਾ ਇੱਧਰ ਨੂੰ ਪਾਣੀ ਇੱਧਰ ਨੂੰ ਆਉਂਦੇ, ਉੱਧਰ ਨੂੰ ਨਾ ਜਾਂਦੇ, ਉੱਧਰ ਨਾ ਅੱਗੇ ਉਹ ਬਾਲਣ ਜਿਹਾ ਪਿਆ ਵਾ। ਲਓ ਜੀ ਅੱਲਾ ਖੈਰ ਕਰੇ, ਇਹ ਮਾਸ਼ਾਅੱਲਾ ਅਲਹਮਦੁਲਿਲਾ ਪੈਪ ਚੱਲ ਗਿਆ। ਅਤੇ ਇਹਨੂੰ ਹੁਣ ਚੈੱਕ ਕਰੀਏ ਉਹਦੇ 'ਤੇ ਜਾਂ ਹਲੇ ਤਾਂ ਸਪਲਾਈ 'ਤੇ ਚੱਲਣ ਦੀ ਹੈ 10 ਮਿੰਟ ਹੈਂ, ਇਹਨੂੰ ਹਲੇ ਚੱਲ ਲੈਂਦੀ ਹੈ। ਚਲੋ ਚੱਲ ਅਲਹਮਦੁਲਿਲਾ ਬੋਰ ਸਾਰਾ ਹੋ ਗਿਆ ਅਤੇ ਬੋਰ ਲੱਦ ਲਿਆ ਵਾ ਰਕਸ਼ੇ 'ਤੇ ਬਾਈ ਹੁਣ ਬੋਰ ਲੈ ਕੇ ਚੱਲੇ। ਮੋਟਰ ਦੀ ਸਹੂਲਤ ਹੋ ਗਈ, ਮੋਟਰ ਚੱਲਣ ਦੀ ਮਾਸ਼ਾਅੱਲਾ, ਅਤੇ ਬੱਕਰੀਆਂ ਨੂੰ ਨਾ ਪਾਣੀ ਡੋਣ ਦਿਆ ਲਈ ਦਾ। ਚੱਲ ਮੇਰਾ ਪੁੱਤ ਇੱਥੇ ਨਾ ਤਸਲਾ ਭਰ ਦੇ ਬਸ ਇਹਨਾਂ ਦੇ ਅੱਗੇ, ਲੇਲਾ ਲੇਲਾ ਵੀ ਹੁਣ ਪੀ ਲੈਂਦਾ ਚਾਹ ਬਈ, ਚੱਲ ਬਈ ਤੂੰ ਵੀ ਪੀ ਲਾ ਹੁਣ, ਪੀ ਲਾ ਪੀ ਲਾ ਪੀ ਲਾ ਸ਼ਾਬਾਸ਼। ਹਾਂਜੀ ਸੁੱਖ ਹੋ ਗਿਆ ਮੋਟਰ ਦਾ, ਲੈ ਵੀ ਕੱਪੜਿਆਂ 'ਚ ਵੀ ਇੰਨਾ ਵੀ ਹਟਿਆ ਹੈ। ਇਹਨੂੰ ਨਾ ਹੁਣ ਉਸ ਕਿਆਰੀ ਦੇ ਵਿੱਚ ਰੱਖ ਦਿਉ, ਉੱਧਰ ਨਾਲ ਵਾਲੀ ਕਿਆਰੀ ਦੇ ਵਿੱਚ, ਇਹ ਇੱਧਰਲੀ 'ਚ ਰੱਖ ਦਿਉ, ਠੀਕ ਹੈ ਨਾ। ਉੱਥੇ ਕਰਕੇ ਰੱਖ, ਇੱਥੇ ਪਿੱਛੇ ਕਰਕੇ, ਉੱਥੇ ਕਰਕੇ, ਉੱਥੇ ਪਿੱਛੇ ਕਰਕੇ, ਉਹ ਜਿੱਥੇ ਪਾਣੀ ਨਹੀਂ ਚੜਦਾ ਪਰੇ ਨੂੰ ਕਰਕੇ, ਪਰੇ ਨੂੰ ਕਰਕੇ, ਜਿੱਦਾਂ ਪਾਣੀ ਚੜਦਾ ਇੱਥੇ ਕਰਕੇ ਨਾ ਟੋਇਆ ਪਊਗਾ ਨਾ, ਇੱਥੇ ਕਰਕੇ ਫਿਰ ਚੜੇਗਾ ਪਾਣੀ। ਉਹ ਤੂੰ ਉਹਨੂੰ ਕਰਕੇ ਰੱਖ ਨਾ, ਮੈਂ ਰੱਖਦਾ ਉਹਨਾਂ ਨੂੰ ਕਰਕੇ, ਆਹ ਦੇਖ ਇੱਥੇ ਕਰਕੇ ਰੱਖ। ਹਾਂ ਬਸ ਠੀਕ ਹੈ, ਇੱਥੋਂ ਆਪੇ ਮਿੱਟੀ ਖੁਰ ਕੇ ਆਉਣ ਹੋ ਜਾਣੀ ਹੈ। ਸੋਹਣਾ ਲੱਗ ਗਿਆ ਮੇਰਾ ਪੁੱਤ, ਸਹੀ ਹੋ ਗਿਆ ਹੈਂ, ਗੁੱਡ ਹੋ ਗਿਆ। ਚਲੋ ਜੀ ਅੱਛਾ ਅੱਲਾ ਖੈਰ ਕਰੇ, ਮਾਸ਼ਾਅੱਲਾ ਮੋਟਰ ਚੱਲਣ ਦੀ ਵਾ, ਕਿਉਂਕਿ ਬਾਈ ਉਹਨਾਂ ਨੇ ਕਿਹਾ ਵਾ ਕਿ ਘੰਟਾ ਡੇਢ ਤਕਰੀਬਨ ਨਾ ਮੋਟਰ ਚੱਲਣੀ ਚਾਹੀਦੀ ਆ, ਕਿਉਂ ਕਿਉਂਕਿ ਇਹਨੇ ਨਾ ਪਾਣੀ ਚੱਕਿਆ ਹੋਇਆ ਵਾ ਅਤੇ ਇਹ ਪਾਣੀ ਨਾ ਇਹਦਾ ਪਤਾ ਲੱਗ ਜਾਏਗਾ, ਠੀਕ ਹੈ। ਅਤੇ ਇਹਨੂੰ ਮੋਟਰ ਨੂੰ ਘੰਟਾ ਡੇਢ
ਇਹ ਵੀ ਮੈਂ ਕਿਆਰੀ ਉੱਦਾਂ ਇੱਥੇ ਚਲਾ ਕੇ ਨਾ ਛੱਡ ਗਿਆ, ਕਿਆਰੀ ਇਹ ਵੀ ਭਰ ਦਿੱਤੀ ਵਾ, ਠੀਕ ਹੈ ਨਾ। ਹੁਣ ਪਰਲੀ ਕਿਆਰੀ ਨੂੰ ਉਨੀ ਦੇਰ ਨੂੰ ਨਾ ਮਸਲ ਉਹ ਵੀ ਭਰ ਜਾਂਦੀ ਵਾ, ਕਿ ਫਿਰ ਉਸ ਤੋਂ ਬਾਅਦ ਇੱਟਾਂ ਨੂੰ ਵੀ ਤਰਾਈ ਤਰੂਈ ਲੱਗਦੀ। ਘੰਟਾ ਡੇਢ ਦੀ ਮੋਟਰ ਗੱਲ ਮੁੱਕਦੀ ਮਕਾਨੇ, ਅਲਹਮਦੁਲਿਲਾ ਘੰਟਾ ਡੇਢ ਚੱਲਣੀ ਚਾਹੀਦੀ। ਅਤੇ ਅੱਲਾ ਖੈਰ ਕਰੇ, ਜਿਸ ਤਰ੍ਹਾਂ ਕਿ ਮੈਂ ਦੱਸਿਆ ਵਾ, ਇਹ ਮੋਟਰ ਨਾ ਮਸਾਇਆਂ ਕੋਲੋਂ ਲਈ ਆ, ਬਾਈ ਕੋਲੋਂ, ਉਹਨੂੰ ਆਖਿਆ ਯਾਰ 4 ਦਿਨ ਵਾਸਤੇ ਹੁਣ ਲੱਗੀ ਰਹਿਣ ਦੀ। ਨੁਕਸਾਨ ਵੀ ਉਹ ਜਿਹੜਾ ਹੋਇਆ ਉਹਦੇ ਵਿੱਚ ਟਾਂਕੇ ਟੂੰਕੇ ਲਵਾ ਦਿੱਤੇ ਵਾ, ਅਤੇ ਬਾਕੀ ਹੁਣ ਸ਼ਾਦੀਆਂ ਨੂੰ ਬੁਲਾਉਂਦੇ ਵਾ, ਉਹਨੂੰ ਚੈੱਕ ਕਰਾਉਂਦੇ ਕਿ ਚੈੱਕ ਕਰੋ ਜੀ, ਮੋਟਰ ਲੱਗ ਗਈ, ਠੀਕ ਹੋ ਗਿਆ, ਸੋਹਣੀ ਹੋ ਗਈ। ਗਰਮੀ ਇੰਨੀ ਆ, ਕੱਪੜਿਆਂ ਸਮੇਤ ਨਹਾ ਨਹਾ ਕੇ ਨਾ ਅੱਜ ਗਰਮੀ ਵੀ ਅਖੀਰ ਕੀਤੀ ਜਾ ਰਹੀ ਹੈ। ਹਾਂ, ਗਰਮੀ ਬਹੁਤ ਜ਼ਿਆਦਾ। ਚਲੋ ਅੱਛਾ, ਅੱਲਾ ਖੈਰ ਕਰੇ, ਅਲਹਮਦੁਲਿਲਾ ਮੋਟਰ ਸਾਡੀ ਲੱਗ ਚੁੱਕੀ, ਅਤੇ ਅੱਲਾ ਖੈਰ ਕਰੇ, ਮਾਸ਼ਾਅੱਲਾ ਇਹਨੂੰ ਨਾ ਹੁਣ ਇੱਟਾਂ ਦੀ ਜਿਹੜੀ ਤਰਾਈ ਹੋਏਗੀ ਇਹ ਜਿਹੜੀ ਸਾਰੀ ਘਰ ਦੇ ਵਿੱਚ ਹੀ ਹੋਏਗੀ। ਹੁਣ ਗੁਆਂਢੀਆਂ ਕੋਲੋਂ ਜਿਹੜੇ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ, ਜਿਹੜੀ ਗੁਆਂਢੀ ਸਾਨੂੰ ਮਸਲ ਇੱਧਰੋਂ ਪੈਪ ਆਉਂਦਾ ਸੀਗਾ, ਇਹ ਪੋ ਪੈਪ ਉਹ ਤਾਂ ਖਿੱਚ ਲਓ ਹੁਣ ਆਪਣੇ ਵੱਲ, ਸਾਰਾ ਉਰੇ ਖਿੱਚ ਲਓ, ਹੁਣ ਘਰ ਦੀ ਮੋਟਰ ਚੱਲਿਆ ਕਰੇਗੀ। ਕਿਉਂ ਬਈ, ਪਰੇਸ਼ਾਨੀ ਇਹ ਹੁੰਦੀ ਸੀ ਵੀ ਸਾਨੂੰ ਬੱਚਾ ਭੇਜਣਾ ਪੈਂਦਾ ਸੀ, ਜਾਂ ਉਹਨਾਂ ਨੂੰ ਜਾਂ ਕਹਿਣਾ ਪੈਂਦਾ ਸੀ ਦਵਾ ਦਿਓ ਉਪਰੋਂ ਦੀ ਭਾਈ ਮੋਟਰ ਬੰਦ ਕਰ ਲਓ ਅਤੇ ਜਾਂ ਚਲਾ ਦਿਓ। ਹਾਂ, ਬਹੁਤ ਬਹੁਤ ਉਹਨਾਂ ਦੀ ਮਿਹਰਬਾਨੀ ਭਾਈ, ਉਹਨਾਂ ਨੇ ਸਾਡੇ 4 ਦਿਨ ਕਢਾਏ, ਹੁਣ ਅਲਹਮਦੁਲਿਲਾ ਲੱਗ ਗਈ ਆ, ਹੁਣ ਘਰ ਦੇ ਵਿੱਚੋਂ ਹੀ ਮੋਟਰ ਚੱਲੇਗੀ। ਹਾਂਜੀ, ਬੰਦਾ ਇਸ ਤਰ੍ਹਾਂ ਹੈਗੀ ਵੀ ਦੇਖ ਲੈ ਜਿੱਦਣ ਕਿਤੇ ਬੰਦਾ, ਮੋਟਰ ਕਿੰਨਾ ਦੀ ਪਤਾ ਤੈਨੂੰ? ਹਾਂਜੀ, ਇਹ ਮਜ਼ਰ ਉਹਨਾਂ ਦੀ ਮੋਟਰ, ਉਹ ਕਹਿੰਦੇ ਸਿਰਫ ਭਾਈ ਇਹਦੀ 3 ਦਿਨ ਵਾਸਤੇ ਦਿੱਤੀ ਆ, ਅਤੇ ਜਦੋਂ 3 ਦਿਨਾਂ ਤੋਂ ਬਾਅਦ ਅਸੀਂ ਭਾਈ ਮੋਟਰ ਲਾ ਲੈਣੀ। ਮੈਂ ਕਿਹਾ ਚਲੋ ਤੁਸੀਂ 3 ਦਿਨ ਤਾਂ ਸਾਡੇ ਕਢਵਾਓ ਨਾ ਫਿਲਹਾਲ, ਫਿਰ ਇਨਸ਼ਾਅੱਲਾ ਅੱਲਾ ਖੈਰ ਕਰੇ, ਜੇ ਅੱਲਾ ਤਾਲਾ ਨੇ ਲਾਇਆ ਸਬੱਬ ਇਨਸ਼ਾਅੱਲਾ ਫਿਰ ਮੋਟਰ ਆਪਣੀ ਲੈ ਕੇ ਆ ਜਾਵਾਂਗੇ, ਠੀਕ ਹੈ। ਅਤੇ ਚਲੋ ਅੱਛਾ, ਅੱਲਾ ਖੈਰ ਕਰੇ, ਅਤੇ ਅਲਹਮਦੁਲਿਲਾ ਦੁਪਹਿਰ ਦਾ ਟਾਈਮ ਹੋ ਗਿਆ, ਅਤੇ ਖਾਣੇ ਦਾ ਹੁਣ ਖਾਣਾ ਮਾਸ਼ਾਅੱਲਾ ਤਿਆਰ ਆ, ਤਿਆਰ ਆ। ਚਲੋ ਫਿਰ ਖਾਣਾ ਸਾਨੂੰ ਦਿਓ, ਕਿਉਂ ਬਈ ਬੱਚਿਓ, ਆ ਜਾਓ ਖਾਣਾ ਖਾਈਏ ਫਿਰ। ਅੱਛਾ ਜੀ, ਮਾਸ਼ਾਅੱਲਾ ਅਲਹਮਦੁਲਿਲਾ ਖਾਣਾ ਆ ਗਿਆ, ਅਤੇ ਹਰੀ ਮਿਰਚ ਕੁੱਟੀ ਹੋਈ ਆ, ਅਤੇ ਗੋਸ਼ਤ ਪੱਕਿਆ ਸੀ ਰਾਤ ਦਾ, ਇਹ ਦਾਲ ਵੀ ਨਾਲ, ਮੈਂ ਕਿਹਾ ਗੋਸ਼ਤ ਨਹੀਂ ਖਾਣਾ, ਮੈਂ ਚਣੇ ਦਾਲ, ਮੈਂ ਦਾਲ ਜਿਹੜੀ ਮਸਾਇਆ ਦਵਾਈ ਹੋਈ, ਹੁਣ ਖਾਣਾ ਖਾ ਲਈਏ, ਭੁੱਖ ਬਹੁਤ ਲੱਗੀ ਹੋਈ। ਅੱਛਾ ਜੀ, ਮਾਸ਼ਾਅੱਲਾ ਅਲਹਮਦੁਲਿਲਾ ਖਾਣਾ ਖਾ ਲਿਆ, ਬੈਠ ਦਾ ਟਾਈਮ ਹੋ ਚੁੱਕਿਆ ਸੀ, ਕੁਛ ਦੇਰ ਰੈਸਟ ਕੀਤੀ, ਰੈਸਟ ਕਰਕੇ ਅੱਲਾ ਖੈਰ ਕਰੇ, ਹੁਣ ਮੈਂ ਲਾਉਂਦਾ ਹਟਿਆ ਪਾਣੀ। ਵੈਸੇ ਤਾਂ ਮੈਂ ਕਾਫੀ ਦੇਰ ਦਾ ਉੱਠ ਪਿਆ, ਸਾਰੇ ਪਾਣੀ ਲਾ ਕੇ ਇੱਧਰੋਂ ਨਾ ਸਾਰਾ ਹੈਵੀ ਧੋਤਾ, ਧੋ ਕੇ ਨਾ ਮਤਲਬ ਮੋਟਰ ਨੂੰ ਨਾ ਰੈਲਾ ਕੀਤਾ ਕਿ ਮੋਟਰ ਨਾ ਚੱਲਦੀ ਰਹੇ, ਅਤੇ ਸ਼ਾਦੀਆਂ ਨੇ ਬਣਾਈ ਵਾ ਮਿਸਤਰੀ ਬਾਈ ਉਹਨਾਂ ਵਾਸਤੇ ਚਾਏ, ਅਤੇ ਚਾਏ ਅੱਲਾ ਖੈਰ, ਹਾਂਜੀ ਚਾਏ ਰੈਡੀ ਹੋ ਚੁੱਕੀ, ਹੁਣ ਇਹਨਾਂ ਨੂੰ ਦਿੰਦੇ ਵਾ ਚਾਏ, ਅੱਲਾ ਖੈਰ ਕਰੇ। ਔਰ ਬਾਈ ਉਹਨੇ ਲੱਗੇ ਹੋਏ ਵਾ, ਕਿਉਂਕਿ ਆ ਗਏ ਸੀਗੇ ਖਾਣਾ ਖਾ ਕੇ, ਅਤੇ ਫਿਰ ਅਲਹਮਦੁਲਿਲਾ ਉਤਲਾ ਨਾ ਟੁੱਟਾ ਸ਼ੁਰੂ ਕੀਤਾ, ਅਤੇ ਔਰ ਜਿਹੜਾ ਸਾਡੀ ਮੋਟਰ ਲੱਗੀ ਵਾ ਉਹ ਮਿਸਤਰੀ ਬਾਈ ਜਿਹੜਾ ਮੋਟਰ ਲਾ ਕੇ ਗਿਆ ਉਹ ਚਲਾ ਗਿਆ ਸੀਗਾ, ਉਸ ਟਾਈਮ ਬੋਰ ਲੈ ਕੇ ਉਹਨੇ ਆਉਣਾ ਹੈਗਾ ਹਲੇ, ਕਿਉਂਕਿ ਮੁੱਢ ਵਿੱਚ ਤਾਂ ਪਾਉਣਾ ਬੱਚਾ, ਅਤੇ ਉਸ ਟਾਈਮ ਗਰਮੀ ਇੰਨੀ ਸੀ, ਉਹ ਕਹਿੰਦਾ ਸੀ ਯਾਰ ਮੇਰਾ ਦਿਲ ਘਬਰਾਉਂਦੇ ਆ, ਠੀਕ ਹੈ ਨਾ। ਹਾਂ, ਗਰਮੀ ਬਹੁਤ ਜ਼ਿਆਦਾ ਵਾ, ਉਹ ਕਹਿੰਦਾ ਸੀ ਮੇਰਾ ਦਿਲ ਘਬਰਾਉਂਦੇ ਆ ਵਾ, ਅਤੇ ਮੈਂ ਨਾ ਹੁਣ ਆਵਾਂਗਾ ਠੰਡੇ ਵਾਲੇ, ਠੰਡੇ ਵਾਲੇ ਆਵੇਗਾ ਅਤੇ ਫਿਰ ਨਾ ਆ ਕੇ ਬੱਜਰ ਵੀ ਪਾ ਕੇ ਜਾਏਗਾ ਉਹਦੇ ਸਾਈਡਾਂ 'ਤੇ, ਠੀਕ ਹੈ ਨਾ। ਅਤੇ ਨਾਲੇ ਅੱਲਾ ਖੈਰ ਕਰੇ, ਉਹ ਨਾ ਨਾਲ ਦੇ ਮਸਾਇਆਂ ਦਾ ਵੀ ਨਾ ਥੋੜ੍ਹਾ ਜਿਹਾ ਕੰਮ ਨਿਕਲ ਆਇਆ ਨਲਕੇ ਦਾ, ਕਹਿੰਦੇ ਸੀ ਸਾਡਾ ਵੀ ਨਾ ਨਲਕੇ ਦਾ ਕੰਮ ਕਰਵਾ ਦੇ, ਉਹਨਾਂ ਦਾ ਵੀ ਕੰਮ ਕਰਨ ਆਉਣਾ ਵਾ, ਉਹ ਆਏਗਾ ਕਿਉਂਕਿ ਮੋਟਰ ਤਾਂ ਜਿਹੜੀ ਲੱਗ ਗਈ ਵਾ, ਅਤੇ ਲੇਕਿਨ ਉਹਦੇ ਸਾਈਡ 'ਤੇ ਨਾ ਮੁੱਢ 'ਚ ਬੱਜਰੀ ਪਾਉਣੀ ਵਾ, ਤਾਂ ਕਿ ਉਹ ਹਿੱਲੇ ਹੁੱਲੇ ਨਾ, ਕਿਉਂਕਿ ਪੈਪ ਦੀ ਖਿੱਚ ਵੀ ਪਵੇ ਨਾ ਉਹ ਆਪਣਾ ਕਾਬੂ ਰਵੇ। ਕਿਉਂ ਜੀ ਜਨਾਬ, ਇਵੇਂ ਨਹੀਂ ਹੋਣਾ ਚਾਹੀਦਾ ਨਾ? ਹਾਂਜੀ, ਸੇਫਟੀ ਵਾਸਤੇ ਤਾਂ ਹਰ ਸ਼ੈ ਲਾਜ਼ਮੀ ਹੈ ਨਾ। ਹਾਂਜੀ, ਚਾਏ ਭਾਈ ਉਹਨਾਂ ਦੇ, ਆ ਜਾਓ ਵੀਰ, ਚਾਏ ਪੀ ਲਓ ਪਹਿਲੇ ਸਭ ਤੋਂ ਪਹਿਲੇ। ਅਤੇ ਜਿਹੜੀ ਮੈਂ ਮੋਟਰ ਦੀ ਗੱਲ ਕਰਦਾ ਸੀਗਾ ਉਹ ਇਹ ਦੇਖੋ, ਇਹ ਜਿਹੜੀ ਮੋਟਰ ਦੇ ਨਾ ਮਸਲਨ ਮੁੱਢ ਦੇ ਵਿੱਚ ਜਿੱਥੇ ਇੱਟਾਂ ਜੋੜੀਆਂ ਇੱਥੇ ਬਜਰੀ ਪਾਵਾਂਗੇ। ਅਤੇ ਵੀਰ ਆ ਜਾਓ ਪਹਿਲੇ ਚਾਏ ਪੀ ਲਓ ਯਾਰ, ਚਾਏ ਅੱਲਾ ਖੈਰ ਕਰੇ, ਚਾਏ ਆ ਗਈ ਵਾ, ਚਾਏ ਪੀ ਲਓ ਮੇਰਾ ਵੀਰ, ਫਿਰ ਕੰਮ ਕਰ ਲਈਓ, ਚਾਏ ਪੀ ਲਓ, ਆ ਜਾਓ।
ਫੜੋ ਯਾਰ ਚਾਹੇ ਫੜ ਲਓ ਹੈਂ ਕੀ ਕਰਨਾ ਮੈਂ ਜਾਣਾ ਜੀ ਉਹਨੂੰ ਕਹਿੰਦਾ ਸਪੀਡ ਖੇਚੋ ਫੇ ਅੱਛਾ ਚਾਹੇ ਤਾਂ ਫੜੋ ਯਾਰ ਜੇ ਨਹੀਂ ਫੜਨੀ ਮੈਂ ਵਾਪਸ ਲੈ ਜਾਣੀ ਹੁਣ ਸੱਚੀ ਸੀਰੀਅਸ ਗੱਲ ਫੜ ਲਾ ਯਾਰ ਸਾਰੀ ਫੜਨਾ ਸਾਰੀ ਫੜ ਮੈਨੂੰ ਸਿਰਫ ਆਪਣਾ ਕੱਪ ਚੱਕ ਲੈ ਹਾਂ ਬਸ ਤੁਸੀਂ ਆਪਸ 'ਚ ਹੁਣ ਭਾਵਾਂ ਦੀ ਖਲੋਤੇ ਰਹੋ ਅਤੇ ਬੈਠੇ ਰਹੋ ਅਤੇ ਪੀਂਦੇ ਰਹੋ ਅਸੀਂ ਆਪਣੀ ਅੱਲਾ ਖੈਰ ਕਰੇ ਚਾਹੇ ਲੈ ਲਈ ਚਾਹੇ ਅਸੀਂ ਪੀ ਲੈਂਦੇ ਹਾਂ ਚਾਹੇ ਦੂਜੇ ਵਿਚਾਰੇ ਸਵੇਰ ਦੇ ਤੜੇ ਹੋਏ ਸੀਗੇ ਹੁਣ ਮੈਂ ਨਾ ਕੁੱਕੜ ਮਸਲਣ ਛੱਡੇ ਵਾ ਅਤੇ ਇੱਥੇ ਨਾ ਦਾਣੇ ਪਾ ਦਿੱਤੇ ਆਪਣੇ ਨਾ ਦਾਣੇ ਖਾ ਲੈਣ ਸਾਰੇ ਛੱਡ ਦਿੱਤੇ ਵਾ ਔਰ ਕਿਉਂਕਿ ਸੁਬਾਹ ਜੀ ਬੋਰ ਹੋਣ ਦਿਆ ਸੀ ਨਾ ਅਤੇ ਇਸ ਕਰਕੇ ਨਾ ਡਰ ਪੋਤ ਰਹੇ ਸੀ ਕਿ ਉਹ ਬਾਈ ਉਹਨੇ ਆਇਆ ਸੀ ਅਤੇ ਉਹ ਨਾਲਾ ਨੂਲਾ ਚੁੱਕ ਕੇ ਲਿਆਇਆ ਨਾ ਨਾਲਾ ਚੁੱਕ ਕੇ ਅੰਦਰ ਲਿਆਉਂਦੇ ਸੀ ਅਤੇ ਡਰਦੇ ਸੀ ਮੈਂ ਕਿਹਾ ਕੋਈ ਡਰਦਾ ਨਾ ਗੁਆਚ ਨਾ ਜਾਵੇ ਇਸ ਕਰਕੇ ਮੈਂ ਤਾੜ ਦਿੱਤੇ ਸੀ ਹੁਣ ਅੱਲਾ ਖੈਰ ਕਰੇ ਛੱਡੇ ਵਾ ਅਤੇ ਆਪਣਾ ਨਾ ਇੱਧਰੋਂ ਅੱਲਾ ਖੈਰ ਕਰੇ ਕਰ ਲੈਣ ਚੱਲ ਬਈ ਤੂੰ ਵੀ ਉੱਧਰ ਜਾ ਕੇ ਦਾਣੇ ਖਾ ਲਾ ਦਾਣੇ ਖਾ ਲਾ ਮਿੰਟ ਲਾ ਪਾਣੀ ਬਾਅਦ 'ਚ ਪੀ ਦੀ ਪਹਿਲੇ ਦਾਣੇ ਖਾ ਲਾ ਸਾਰੇ ਉਹਨਾਂ ਨੇ ਖਾ ਜਾਣੇ ਅੱਛਾ ਜੀ ਮਾਸ਼ਾਅੱਲਾ ਅਲਹਮਦੁਲਿਲਾ ਮੋਟਰ ਦਾ ਸਾਰਾ ਕੰਪਲੀਟ ਹੋ ਗਿਆ ਬਜਰੀ ਵੀ ਇਹਦੀ ਪਾ ਦਿੱਤੀ ਵਾ ਅੱਲਾ ਖੈਰ ਕਰੇ ਇੱਥੇ ਮਸਲਨ ਨਾ ਹੁਣ ਹੋ ਗਈ ਪੱਕੀ ਠੀਕ ਹੈ ਨਾ ਇਹਨੂੰ ਹੁਣ ਮਸਲਨ 12-13 ਘੰਟੇ ਤਾਂ ਇਹਨੂੰ ਹਿਲਾਉਣੀ ਕੋਈ ਨਹੀਂ ਕਿਉਂ ਵੀ ਇੱਦਾਂ ਹੀ ਆ ਵੀ 12-13 ਘੰਟੇ ਇਹਨੂੰ ਹਿਲਾਉਣੀ ਕੋਈ ਨਹੀਂ ਉਸ ਤੋਂ ਬਾਅਦ ਅੱਲਾ ਖੈਰ ਕਰੇ ਇਨਸ਼ਾਅੱਲਾ ਇਹਨੂੰ ਹਿਲਾਵਾਂਗੇ ਮਸਲਨ ਰਾਤ ਨਹੀਂ ਹਿਲਾਵਾਂਗੇ ਕੱਲ੍ਹ ਨੂੰ ਇਹਦਾ ਪੈਰ ਚਾੜਾਂਗੇ ਕੱਲ੍ਹ ਨੂੰ ਚੜ੍ਹ ਜਾਈਏ ਕੱਲ੍ਹ ਸ਼ਾਮ ਨੂੰ ਇਨਸ਼ਾਅੱਲਾ ਅੱਲਾ ਖੈਰ ਕਰੇ ਕੱਲ੍ਹ ਵੈਸੇ ਵੀ ਅੱਲਾ ਖੈਰ ਕਰੇ ਜੁਮਾ ਵਾ ਅਤੇ ਕੱਲ੍ਹ ਸ਼ਾਮ ਨੂੰ ਇਹਦਾ ਜਿਹੜਾ ਪੈਪ ਚਾੜਾਂਗੇ ਪੈਪ ਚਾੜ ਕੇ ਤਾਂ ਫਿਰ ਇਹਨੂੰ ਲਾਵਾਂਗੇ ਹੁਣ ਪਹਿਲਾਂ ਲੈਣਾ ਇਹਦੀ ਬਜਰੀ ਪਵਾ ਦਿੱਤੀ ਆ ਅਤੇ ਅਲੀ ਰਜ਼ਾ ਇੱਧਰੋਂ ਹੁਣ ਕਰਨ ਦਿਆ ਵਾ ਪਾਣੀ ਡੋਲਣ ਲੱਗਾ ਪੁੱਤ ਹਾਂ ਹੁਣ ਮੋਟਰ ਨਹੀਂ ਚਲਾਉਣੀ ਠੀਕ ਹੈ ਹਾਂ ਮੋਟਰ ਨਹੀਂ ਚਲਾਉਣੀ ਮੇਰਾ ਪੁੱਤ ਅਤੇ ਹੁਣ ਬੱਕਰੀ ਅਲੀ ਰਜ਼ਾ ਬਾਹਰੋਂ ਚਰਵਾ ਕੇ ਲਿਆ ਹਾਂਜੀ ਤੁਹਾਨੂੰ ਕੀ ਹੋਇਆ ਕੀ ਹੋਇਆ ਵਾ ਹੈਂ ਪਾਣੀ ਨਹੀਂ ਡਾੜਿਆ ਪਾਣੀ ਡਾਉਣ ਦਿਆ ਅਲੀ ਅਤੇ ਅਲੀ ਪਾਣੀ ਡਾਉਣ ਲੱਗਾ ਇਹਨਾਂ ਨੂੰ ਅਤੇ ਕਿੱਦਾਂ ਨਾ ਵਾ ਪਾਣੀ ਡੁੰਦਾ ਵਾ ਅਤੇ ਪੱਠੇ ਇਹਨਾਂ ਦੇ ਲਿਆ ਕੇ ਇੱਧਰ ਰੱਖੇ ਹੋਏ ਵਾ ਸੀਗਾ ਜੁਮੇਰਾਤ ਦਾ ਦਿਨ ਅਤੇ ਸ਼ਾਜ਼ੀਆ ਬਣਾ ਰਹੀ ਵਾ ਜੁਮੇਰਾਤ ਵਾਸਤੇ ਸੇਵੀਆਂ ਕਿਉਂਕਿ ਸੇਵੀਆਂ ਅਸੀਂ ਅਲਹਮਦੁਲਿਲ ਵਾਲੇਕਮ ਸਲਾਮ ਔਰ ਪੁੱਪੋ ਨੇ ਮੋਟਰ ਲਗਵਾ ਕੇ ਦੀ ਆ ਮੇਰੇ ਆਪਣੇ ਬੇਟੇ ਕੋ ਹੈ ਨਾ ਅਤੇ ਪੁੱਪੋ ਕੋ ਥੈਂਕ ਯੂ ਕਰੋ ਥੈਂਕ ਯੂ ਅਤੇ ਅੱਛਾ ਜੀ ਅਲਹਮਦੁਲਿਲਾ ਅੱਲਾ ਖੈਰ ਕਰੇ ਹਰ ਜੁਮੇਰਾਤ ਅਲਹਮਦੁਲਿਲਾ ਅਸੀਂ ਥੋੜ੍ਹੀ ਬਹੁਤੀ ਕੋਈ ਚੀਜ਼ ਬਣਾ ਕੇ ਆਪਣੇ ਮਾਂ ਬਾਪ ਦਾ ਖਤਮ ਲਾਜ਼ਮੀ ਦਿਲਾਉਣਾ ਹੁੰਦਾ ਵਾ ਔਰ ਅਲਹਮਦੁਲਿਲਾ ਅਲਹਮਦੁਲਿਲਾ ਅੱਲਾ ਤਾਲਾ ਉਹਨਾਂ ਨੂੰ ਜੰਨਤ ਫਿਰਦੌਸ ਆਲਾ ਮਕਾਮ ਅਤਾ ਫਰਮਾਵੇ ਅਤੇ ਔਰ ਹਾਂਜੀ ਆਮੀਨ ਔਰ ਉਮੈਰ ਬਾਈ ਸਾਡਾ ਅੱਲਾ ਤਾਲਾ ਉਹ ਵੀ ਇਸ ਦੁਨੀਆ ਤੋਂ ਚਲੇ ਗਿਆ ਵਾ ਅੱਲਾ ਤਾਲਾ ਉਹਨੂੰ ਵੀ ਜੰਨਤ ਫਿਰਦੌਸ ਆਲਾ ਮਕਾਮ ਅਤਾ ਫਰਮਾਵੇ ਔਰ ਉਹਨਾਂ ਦੇ ਅੰਮੀ ਅੱਬੂ ਨੂੰ ਵੀ ਸਾਡੇ ਵੀ ਉਹ ਮਾਂ ਬਾਪ ਆ ਅੱਲਾ ਤਾਲਾ ਉਹਨਾਂ ਨੂੰ ਵੀ ਜੰਨਤ ਫਿਰਦੌਸ ਆਲਾ ਮਕਾਮ ਅਤਾ ਫਰਮਾਵੇ ਅੱਜ ਜੁਮੇਰਾਤ ਦਾ ਦਿਨ ਹੈ ਕਬੂਲੀਅਤ ਦਾ ਦਿਨ ਹੈ ਕਿਸੇ ਦੀ ਵੀ ਦੁਆ ਨਿਕਲੀ ਆਪਣੇ ਮੂੰਹ ਦੇ ਵਿੱਚੋਂ ਕਿਸੇ ਦੇ ਮੂੰਹ ਦੇ ਵਿੱਚੋਂ ਵੀ ਨਿਕਲੀ ਅੱਲਾ ਤਾਲਾ ਆਪਣੀ ਬਾਰਗਾਹ ਦੇ ਵਿੱਚ ਕਬੂਲੋ ਮਨਜ਼ੂਰ ਕਰਦਾ ਔਰ ਸਭ ਮੇਰੇ ਭੈਣ ਭਾਈ ਇੱਕ ਦੂਸਰੇ ਵਾਸਤੇ ਲਾਜ਼ਮੀ ਜੁਮੇਰਾਤ ਜੁਮਾ ਇਹ ਲਾਜ਼ਮੀ ਦੁਆ ਕਰਿਆ ਕਰੋ ਅਤੇ ਔਰ ਖਸੂਸਨ ਸਭ ਵਾਸਤੇ ਦੁਆ ਕਰਿਆ ਕਰੋ ਔਰ ਸਾਡੇ ਵਾਸਤੇ ਵੀ ਦੁਆ ਕਰੋ ਅਸੀਂ ਵੀ ਦੁਆ ਕਰਦੇ ਹਾਂ ਜਿਹੜੇ ਬੇ ਔਲਾਦ ਅੱਲਾ ਤਾਲਾ ਉਹਨਾਂ ਨੇ ਇੱਕ ਸਾਲੀ ਔਲਾਦ ਤਾ ਫਰਮਾਵੇ ਜਿਹੜੇ ਬੇਰੋਜ਼ਗਾਰ ਅੱਲਾ ਤਾਲਾ ਨੂੰ ਰਿਜ਼ਕ ਤਾ ਫਰਮਾਵੇ ਔਰ ਜਿਹੜੇ ਬਿਮਾਰ ਅੱਲਾ ਤਾਲਾ ਉਹਨਾਂ ਨੂੰ ਸ਼ਫਾਏ ਕਾਮਲਾ ਤਾ ਫਰਮਾਵੇ ਔਰ ਸਾਡੇ ਅੰਮੀ ਅੱਬੂ ਉਮੈਰ ਬਾਈ ਔਰ ਉਹਨਾਂ ਦੇ ਅੰਮੀ ਅੱਬੂ ਸਭ ਨੂੰ ਜੰਨਤ ਫਿਰਦੌਸ ਆਲਾ ਮਕਾਮ ਤਾ ਫਰਮਾਵੇ ਦੇਣੇ ਕਹੋ ਨਾ
ਆਮੀਨ। ਤੇ ਅੱਛਾ ਜੀ, ਉਹ ਮੇਰੀ ਭੈਣ ਆ, ਅੱਲਾਹ ਤਾਲਾ ਉਹਨੂੰ ਵੀ ਤੰਦਰੁਸਤੀ ਦੇਵੇ, ਸਿਹਤ ਦੇਵੇ, ਅੱਲਾਹ ਤਾਲਾ ਉਹਨਾਂ ਨੂੰ ਆਪਣੇ ਇਮਾਨ 'ਚ ਰੱਖੇ, ਅਤੇ ਅੱਲਾਹ ਤਾਲਾ ਉਹਨਾਂ ਦੀਆਂ ਵੀ ਹਰ ਮੁਸ਼ਕਲਾਂ ਆਸਾਨ ਕਰੇ, ਉਹਨਾਂ ਦੇ ਦੁਸ਼ਮਣਾਂ ਨੂੰ ਅੱਲਾਹ ਤਾਲਾ ਜ਼ੇਰ ਕਰੇ ਜੀ। ਮਾਸ਼ਾਅੱਲਾ ਅਲਹਮਦੁਲਿਲਾ, ਸੇਵੀਆਂ ਪੱਕ ਚੁੱਕੀਆਂ ਵਾ, ਅੱਲਾਹ ਖੈਰ ਕਰੇ, ਔਰ ਬੱਚਿਆਂ ਨੂੰ ਦੇ ਦਿੱਤੀਆਂ, ਖਤਮ ਸ਼ਰੀਫ ਦੇ ਛੱਡਿਆ, ਅਤੇ ਔਰ ਬੱਚਿਆਂ ਨੂੰ ਦੇ ਛੜੀਆਂ। ਕੈਸੀਆਂ ਬਣੀਆਂ ਵਾ ਜੀ? ਗੁੱਡ ਬਣੀਆਂ ਵਾ, ਖਾ ਰਹੇ ਮੇਰੇ ਬੇਟੇ? ਚਲੋ ਜੀ, ਅੱਲਾਹ ਖੈਰ ਕਰੇ, ਖਤਮ ਸ਼ਰੀਫ ਦਿੱਤਾ, ਔਰ ਮਗਰਬ ਦੀ ਅਜ਼ਾਨ ਦਾ ਟਾਈਮ ਵੀ ਹੋ ਰਿਹਾ ਅਤੇ ਨਮਾਜ਼ ਦਾ ਟਾਈਮ ਹੋ ਰਿਹਾ, ਅਤੇ ਅੱਲਾਹ ਖੈਰ ਕਰੇ। ਸ਼ਾਜ਼ੀਆ ਬਰਤਨ ਜਿਹੜੇ ਸੀ ਸਾਰਾ ਦਿਨ ਮਸਲਾ ਮਿਸਤਰੀਆਂ ਨੂੰ ਨਾ ਚਾਹ ਬਣਾ ਕੇ ਦੇ, ਹੁਣ ਚਲੋ ਸੇਵੀਆਂ ਬਣਾ ਲਈਏ। ਹਾਂ ਤੇ ਉਹੀ ਨਾ, ਅੱਛਾ ਚਲੋ, ਅੱਛਾ ਅੱਲਾਹ ਖੈਰ ਕਰੇ। ਅਤੇ ਬਰਤਨ ਨਾ ਮਸਲਨ ਜਿਹੜੇ ਰਹਿੰਦੇ ਵਾ, ਹੁਣ ਨਾ ਧੋ ਕੇ ਅਤੇ ਫਿਰ ਇਨਸ਼ਾਅੱਲਾ ਅੱਲਾਹ ਖੈਰ ਕਰੇ ਅੱਗੋਂ ਦੇਖਦੇ ਵਾਂ ਅੱਜ ਪਕਾਉਣਾ ਕੀ ਆ ਕੀ ਨਹੀਂ, ਕਿਉਂ ਬਈ ਇਹ ਤਾਂ ਦੇਖਣਾ ਸੋਚਣਾ ਵਾ। ਹਾਂ ਤੇ ਬਸ ਮਗਰਬ ਦੀ ਜ਼ਾਨ ਹੋਣ ਵਾਲੀ ਆ। ਹਾਂਜੀ, ਔਰ ਸਭ ਤੋਂ ਪਹਿਲੇ ਸੀਗਾ ਕਿ ਮਿਸਤਰੀ ਘਰ ਦੇ ਵਿੱਚ ਲੱਗੇ ਸੀਗੇ, ਸਭ ਤੋਂ ਪਹਿਲੇ ਸਾਨੂੰ ਹੁੰਦੀ ਸੀਗੀ ਹੁੰਦੀ ਵਾ ਕਿ ਅਸੀਂ ਜਿਵੇਂ ਰਾਤ ਨੂੰ ਆਪਣੇ ਅੰਮੀ ਅੱਬੂ ਦਾ ਖਤਮ ਸ਼ਰੀਫ ਦਿਲਾਉਣਾ, ਔਰ ਅੱਲਾਹ ਖੈਰ ਕਰੇ ਉਹ ਦੁਆ ਕੇ ਫਿਰ ਇਨਸ਼ਾਅੱਲਾ ਬਾਕੀ ਦਾ। ਲਓ ਜੀ ਬੇਟੇ ਮੇਰੇ, ਖਾ ਕੇ ਆਪਣੇ ਆਇਆ ਨਾ, ਵਾਰੀ ਵਾਰੀ ਬਰਤਨ ਲਿਆ ਕੇ ਨਾ ਆਪਣੀ ਮੰਮਾ ਨੂੰ ਪਕੜਾ ਆਉਂਦੇ ਵਾ। ਹਾਂਜੀ, ਅਤੇ ਅੱਛਾ ਜੀ ਅੱਲਾਹ ਖੈਰ ਕਰੇ, ਇੱਥੇ ਅਸੀਂ ਆਪਣੀ ਵੀਡੀਓ ਦਾ ਕਰਦੇ ਐਂਡ। ਅਗਰ ਮੇਰੇ ਭੈਣ ਭਾਈ ਨੂੰ ਵੀਡੀਓ ਪਸੰਦ ਆਉਂਦੀ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਰਹੀ ਜ਼ਿੰਦਗੀ ਇਨਸ਼ਾਅੱਲਾ ਨੈਕਸਟ ਵੀਡੀਓ ਵਿੱਚ, ਕਮੈਂਟ 'ਚ ਸਾਨੂੰ ਜ਼ਰੂਰ ਦੇਣਾ। ਔਰ ਕੱਲ੍ਹ ਮੈਂ ਇੱਕ ਛੋਟਾ ਜਿਹਾ ਮਸ਼ਵਰਾ ਪੁੱਛਿਆ ਸੀ ਉਸ ਜਗ੍ਹਾ 'ਤੇ ਜਿਹੜੀ ਚਗਾਟ ਛੱਡੀ ਆ, ਅਤੇ ਖੈਰ ਕਿੱਦਾਂ ਨਾ ਵਾ, ਮੈਨੂੰ ਕਿਸੇ ਨੇ ਹਾਲੇ ਤੱਕ ਕੋਈ ਮਸ਼ਵਰਾ ਨਹੀਂ ਦਿੱਤਾ। ਅਗਰ ਹਾਲੇ ਤੱਕ ਉਹ ਸਾਡਾ ਫਰੰਟ ਦਾ ਟੋਟਾ ਰਹਿੰਦਾ ਵਾ, ਅਗਰ ਕਿਸੇ ਭੈਣ ਭਾਈ ਦੇ ਜ਼ਿਹਨ ਦੇ ਵਿੱਚ ਕੋਈ ਮਸਲਨ ਗੱਲ ਆਉਂਦੀ ਵਾ ਕਿ ਤੇ ਹੋਣੀ ਚਾਹੀਦੀ ਚਗਾਟ ਜਾਂ ਨਹੀਂ ਹੋਣੀ ਚਾਹੀਦੀ, ਜਾਂ ਓਕੇ ਲਿਖ ਦੇਵੇ ਜਾਂ ਨੋ ਲਿਖ ਦੇਵੇ, ਠੀਕ ਹੈ, ਲਾਜ਼ਮੀ ਲਿਖਣਾ। ਅਤੇ ਸਾਨੂੰ ਦਿਓ ਇਜਾਜ਼ਤ, ਰਹੀ ਜ਼ਿੰਦਗੀ ਇਨਸ਼ਾਅੱਲਾ ਨੈਕਸਟ ਵੀਡੀਓ 'ਚ। ਅੱਲਾ ਹਾਫਿਜ਼, ਰੱਬ ਸੋਹਣੇ ਦੇ ਹਵਾਲੇ, ਰਹੀ ਜ਼ਿੰਦਗੀ ਇਨਸ਼ਾਅੱਲਾ, ਮਿਲਾਂਗੇ ਅਗਲੀ ਵੀਡੀਓ ਦੇ ਵਿੱਚ। ਅੱਲਾ ਹਾਫਿਜ਼, ਅੱਲਾ ਹਾਫਿਜ਼, ਅੱਲਾ ਹਾਫਿਜ਼।